ਈਦ ਆਉਂਦੀ ਆ ਜਿਹੜਾ ਨਿੱਕੀ ਈਦ ਈਦ ਤੇ ਕਿਵੇਂ ਮਨਾਉਂਦੇ ਆ ਬਾਕੀ ਸ਼ੁਗਰ ਹੁੰਦਾ ਈ ਤੁਹਾਡੇ ਘਰੇ ਦੇ ਯਾਰ ਅੱਛਾ ਈਦ ਨਿੱਕੀ ਆਉਂਦੀ ਆ ਟੁੱਕਰ ਲੱਭਦਾ ਕਿਸੇ ਨਾ ਅੱਛਾ ਭੁੱਖ ਹੁੰਦੀ ਆ ਭਾਂਗੜੇ ਸ਼ੋਰ ਹੁੰਦੇ ਆ ਗੱਭਰੂ ਆ ਗੁਸਤਾਨੋ ਦੱਖਣ ਕੌਡੀ 'ਚ ਪਾਈ ਦੀ ਆ ਸਹੀ ਹੈ ਇੱਥੇ ਖੇਡੀ ਦੀ ਇੱਥੇ ਬਸ ਗੌਕੇ ਦੀ ਬਾਂਹ ਵੱਜੀ ਆਈ ਆ ਕਬਰਸਤਾਨ ਵਿੱਚ ਨਾ ਬਾਹਰ ਅਲਾ ਬਾਹਰ ਬਾਹਰ ਅੱਛਾ ਨਹੀਂ ਰੋਸ਼ਨਾ ਦਾ ਕਮਾ ਸ਼ਮਾ ਦੇ ਜੀ ਜੀ ਅਤੇ ਆਓ ਬਸ਼ੀਰ ਵਾਲੀ ਬੋਏ ਸਹੀ ਸਾਰੀ ਵੈਲੀ ਪਈ ਹੁੰਦੀ ਆ ਸਹੀ ਹੈ ਇੱਥੇ ਕੌਡੀ ਪੈ ਜਾਣੀ ਉੱਥੇ ਗੁੱਸਾ ਨਹੀਂ ਕੋਈ ਨਹੀਂ ਬੰਦਾ ਅੱਛਾ ਸਾਰੇ ਬਾਹਰ ਹੀ ਬੱਟੀਆਂ ਦਾ ਹੁੰਦਾ ਜੇ ਕਬੱਡੀ ਖੇਡਦੇ ਨੇ ਠੀਕ ਹੈ ਨਹੀਂ ਤੇ ਕੁੱਤੇ ਹੱਥ ਕਰ ਲੈਣ ਚੱਲ ਗਿਦੜਾ ਮਗਰ ਲੱਗ ਜਾ ਈਦੀਆਂ ਜਿਹੜੇ ਈਦੀਆਂ ਜਿਹੜੇ ਵੀ ਕੁੱਤੇ ਮਗਰ ਲੱਗ ਜਾਂਦੇ ਅੱਛਾ ਸਾਰਿਆਂ ਕੁੱਤਿਆਂ ਨੇ ਰੱਖੇ ਨੇ ਮੰਮ ਦਾਤੇ ਦੇ ਜਾਂ ਤੇ ਆਮ ਨਹੀਂ ਨੇ ਸਰਦਾਰ ਦੇ ਹਾਂ ਹਨ ਸੈਨ ਬੋਲੇ ਹੱਥ ਕਰ ਦੇ ਸਹੀ ਹੈ ਕਾਲ ਚਾੜ ਕੇ ਈਦੀਆਂ ਜਿਹੜੇ ਕੁੱਤੇ ਮਗਰ ਲੱਗ ਜਾਂਦੇ ਸਹੀ ਹੈ ਆ ਖੂਦ ਯਾਦ ਵੀ ਕਿਸੇ ਨਾ ਜਿਹੜਾ ਉੱਲਾ ਸਹੀ ਹੈ ਸੱਚੀ ਮੱਝ ਬਾਰਾਂ ਗਾਰਡ ਤੁਸੀਂ ਵੀ ਖੇਡਦੇ ਰਹੇ ਹੋ ਬਾਰਾਂ ਗਾਰਡ ਵੀ ਖੇਡਦੇ ਹਾਂ ਪਾਸਾ ਵੀ ਖੇਡਦੇ ਰਹੇ ਪਾਸੇ ਤਾਂ ਹੁੰਦਾ ਸਾਰੇ ਦਿਮਾਗ ਖੇਡ ਸਾਠ ਛੱਡਣਾ ਛਾਵੇਂ ਅਤੇ ਸ਼ਾਮਾਂ 'ਤੇ ਉਹਦੇ ਧਿਆਨ ਲੱਗਣਾ ਮਾਰ ਭੁੱਖਾ ਭੱਦਾ ਰਹਿਣਾ ਗਰਮੀਆਂ ਵਿੱਚ ਪਰ ਉਹ ਮੈਂ ਥੋੜ੍ਹਾ ਜਿਹਾ ਖੇਡਿਆ ਸਹੀ ਪੁਰਾਣਾ ਹੀ ਖੇਡਦੇ ਹੁਣ ਮੰਮਾ ਦੱਸਿਆ ਛੱਡਦਾ ਹੀ ਨਾ ਸੀ ਅੱਛਾ ਗੁਲਾਮ ਅਲੀ ਬੌੜੀ ਦਾ ਬਹਾਦਰ ਬੌੜੀ ਦਾ ਇਹ ਵੱਡੇ ਸਾਰੇ ਖੇਡਦੇ ਹਾਂ ਅੱਛਾ ਮੌਲਵੀ ਸਾਹਿਬ ਮੈਥੋਂ ਵੱਡਾ ਹੈ ਅਸ਼ਰਫ ਚਾਚਾ ਚਾਚਾ ਸਕੂਲੇ ਟੁਰ ਕੇ ਅੱਜ ਤਾਈਂ ਕਦੇ ਨਾ ਗਿਆ ਸਹੀ ਹੈ ਇਤਨੀ ਪ੍ਰੈਕਟਿਸ ਆਈ ਘਰੋਂ ਨਿਕਲਣਾ ਦੌੜ ਲਾਉਣੀ ਸਕੂਲੇ 'ਚ ਛੁੱਟੀ ਵੇਲੇ ਕੋਈ ਦੌੜ ਲਾ ਕੇ ਆਉਣਾ ਸਹੀ ਹੈ ਇਹ ਸਾਡੇ ਨਾਲ ਆ ਜਾ ਬਚੜੀ ਸਹੀ ਅਸਾਂ ਸਾਰਿਆਂ ਨਾਲ ਬਜਦੇ ਰਹਿਣਾ ਅਸੀਂ ਤਰੀਖੀਆਂ ਬਜਦੇ ਰਹਿਣਾ ਸਹੀ ਹੈ ਚੰਗਾ ਹੀ ਕਰਮਾ ਬਾਰਾਂ ਗਾਰਡ ਖੇਡਦੇ ਹਾਂ ਤੁਹਾਡਾ ਸੰਗੀ ਕਿਹੜਾ ਹੁੰਦਾ ਕਿਹੜਾ ਹੁੰਦਾ ਜੀ ਕੋਈ ਚੇਤਾ ਨਹੀਂ ਸਾਨੂੰ ਵਨ ਵਨ ਦੀ ਦੁਨੀਆ ਹੁੰਦੀ ਹੈ ਕੌਣ ਚੜ ਬਹੁਤ ਹੀ ਬੜੀ ਯਾਰ ਬੰਦੀ ਉਹ ਇੰਜ ਹੀ ਗੱਲ ਬੈਠੇ ਨਾ ਉੱਥੇ ਬੰਦੇ ਹੀ ਨਹੀਂ ਕੋਈ ਇਕੱਠਾ ਬੈਠ ਨਹੀਂ ਰਾਜ ਨਾਲ ਬਹੁਤ ਹੁਣ ਜੇ ਬੈਠਣ ਦਾ ਛੋਰ ਵੀ ਇਕੱਠੇ ਸਾਰੇ ਆਪਕੋ ਮੋਬਾਈਲ ਅੱਗੇ ਕੀਤੇ ਜੀ ਹਾਂ ਜੀ ਉਸ ਵੇ ਮੋਣ ਗੱਪਾਂ ਸੋ ਇੰਡੀਆ ਜਿਹੜੇ ਕੋਈ ਸ਼ਾਇਦ ਪਕਾਉਂਦੇ ਹੁੰਦੇ ਉਹ ਗੱਲ ਕੋਈ ਖੀਰ ਕੋਈ ਆਈ ਦੀ ਸ਼ਾਇਦ ਜਿਵੇਂ ਅੱਜ ਹੋਣਾ ਚਾਟ ਵੀ ਬਣਦੀ ਹੈ ਖੀਰਾਂ ਵੀ ਬਣਦੀਆਂ ਨਾ ਕਿਸੇ ਕੋਈ ਲੱਭੇ ਆਈ ਉਸੇ ਵੱਡੀ ਖੁਰਾਕ ਸੇਮ ਹੀ ਹੁੰਦੀ ਹੈ ਸਹੀ ਹੈ ਤੇ ਇੱਕ ਕੱਟਾ ਹੁੰਦਾ ਇਹਨਾਂ ਗੋਸ਼ਤ ਕਰਨਾ ਚਾਹੀਦਾ ਮੋਛੀਆਂ ਸਾਰਾ ਦਿਨ ਉਹ ਵਿਕਿਆ ਕਦੀ ਨਾ ਆਈ ਪੈਸੇ ਨਾ ਲੱਭ ਅੱਛਾ ਇਹ ਕੱਟਾ ਹੋਵੇ ਇਹਨੇ ਮਾਨ ਡੇਢ ਦਾ ਉਹ ਵੀ ਲੋਕ ਸਾਡੇ ਹੀ ਕਦੀ ਨਾ ਮੁੱਕੇ ਸਹੀ ਹੈ ਸਾਡਾ ਲੋਕ ਮੂਣ ਵੱਸਦਾ ਜਿਹੜਾ ਨਵਾਂ ਲੋਕ ਨਹੀਂ ਫਰਜਿਆ ਬੂਟਾ ਈਦ ਆਈ ਨਾ ਰੋਜ਼ਿਆਂ ਦੀ ਬਾਬਾ ਪੋਲੀ ਹੈ ਛੱਡਾ ਉਹ ਸੁਣਾਉਂਦਾ ਹੀ ਹੋ ਸਕਿਆ ਜੇ ਈਦ ਲਾ ਰਹੀ ਸਕਿਆ ਸੁਣਾ ਬੰਬਾ ਲਿਆ ਉਹ ਈਦ ਆਈ ਚੋਣ ਮੁੜ ਲੱਗੀ ਹੈ ਉਹਨੇ ਆਖਿਆ ਈਦ ਆਈ ਤੇ ਪਰ ਗਈ ਅਸ਼ਰ ਵੇਖ ਕੇ ਸਾਗ ਵੀ ਨਹੀਂ ਲੱਭਾ ਕਲਰ ਸ਼ੋਰ ਹੁੰਦਾ ਜੀ ਹੁਣ ਉਹ ਕਸਾਈ ਕਰਦੇ ਨੇ ਤੇ ਪੇਸ਼ੀ ਤੱਕ ਵਿਹਲੇ ਹੋ ਜਾਂਦੇ ਨੇ ਸਾਰੇ ਨਾ ਈਦੀ ਦਿਨ ਦਾ ਦਾ ਡੰਗਰ ਬੜੇ ਬੜੇ ਕਰ ਛੱਡਦੇ ਤੇ ਨਹੀਂ ਪੂਰਾ ਜੈ ਇੰਜ ਕਰ ਹੁਣ ਅੱਗੇ ਪਿੱਛੇ ਵੀ ਜਿਹੜਾ ਨਹੀਂ ਉਹ ਵੀ ਡਿਗਿਆਂ ਤੱਕ ਨਹੀਂ ਜਾਂਦਾ ਕੰਮ ਇਹ ਉਹਦੇ ਪੈਸਾ ਨਾ ਇਹਦਾ